ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਮੋਲ ਨੌਲੇਜ ਸੀਰੀਜ਼ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮਾਂ ਬੋਲੀ ਪੰਜਾਬੀ ਦੇ ਇੱਕ ਮਹੱਤਮਪੂਰਨ ਵਿਸ਼ੇ ਦੇ ਐਮਸੀਕਿਊ ਦੇ ਨਾਲ ਬਹੁਤ ਚੋਣਵੇਂ ਪ੍ਰਸ਼ਨ ਦੇ ਨਾਲ ਜੋ ਸਾਡੇ ਕੋਲ ਹੈ ਜੀ ਬਿਸਰਾਮ ਚਿੰਨ ਜਾਂ ਬਿਸਮਿਕ ਚਿੰਨ ਅਸੀਂ ਜਿਨ੍ਹਾਂ ਨੂੰ ਕਹਿ ਦਿੰਨੇ ਹਾਂ ਇਸ ਤੋਂ ਪਹਿਲਾਂ ਅਸੀਂ ਬਿਸਰਾਮ ਚਿੰਨ ਦੀ ਇੱਕ ਪੂਰੀ ਵੀਡੀਓ ਆਪ ਜੀ ਨਾਲ ਇਸ ਚੈਨਲ ਤੇ ਸਾਂਝੀ ਕੀਤੀ ਹੈ ਜੀ ਤੁਸੀਂ ਜਾ ਕੇ ਉਹਨੂੰ ਜ਼ਰੂਰ ਦੇਖੋ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੋਸਤਾਂ ਮਿੱਤਰਾਂ ਰਿਸ਼ਤਿਆਂ ਨੂੰ ਸ਼ੇਅਰ ਕਰੋ ਜੀ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜੀ ਇਹ ਆਪਾਂ ਜਿਹਦੇ ਵਿੱਚ ਆਪਾਂ ਵਿਸ਼ਰਾਮ ਚਿੰਨ੍ਹ ਦੇ ਸਾਰੇ ਐਮਸੀਕਿਊ ਜਿੰਨੇ ਵੀ ਸਾਨੂੰ ਪਤਾ ਨੇ ਜਿੰਨੇ ਪੇਪਰਾਂ ਦੇ ਵਿੱਚੋਂ ਉਹਨਾਂ ਨਾਲ ਆਪジナル ਸਾਂਝੇ ਕਰਾਂਗੇ ਵਿਸ਼ਰਾਮ ਚਿੰਨ੍ਹ ਕਿਸੇ ਵੀ ਭਾਸ਼ਾ ਨੂੰ ਸੁੱਧ ਰੂਪ ਵਿੱਚ ਲਿਖਣ ਉਸ ਨੂੰ ਟਕਸਾਲੀ ਰੂਪ ਦੇਣ ਅਤੇ ਉਸ ਵਿੱਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਸਰਲ ਤੇ ਸਪਸ਼ਟ ਕਰਨ ਵਿੱਚ ਕੌਣ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਉਹ ਲਿਭਾਉਂਦਾ ਜੀ ਵਿਸਰਾਮ ਚਿੰਨ ਅਨਸਰ ਆ ਗਿਆ ਸਸਾ ਦੂਸਰਾ ਸਵਾਲ ਹੈ ਸਾਡੇ ਕੋਲ ਜਿਹੜੇ ਚਿੰਨ ਠਹਿਰਾਓ ਜਾਂ اٹਕ ਨੂੰ ਪ੍ਰਗਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਅਸੀਂ ਸਸਾ ਵਿਸਰਾਮ ਚਿੰਨ ਆਖਦੇ ਹਾਂ ਪੰਜਾਬੀ ਪੁਰਾਣੀ ਪੰਜਾਬੀ ਵਿੱਚ ਕਿਸ ਵਿਸਰਾਮ ਚਿੰਨ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਤਾਂ ਮੋਸਟਲੀ ਕੁਐਸਚਨ ਹੈ ਜੀ ਇਹਨੂੰ ਨੋਟ ਕਰ ਲਓ ਇਹ ਹਰ ਬਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਕਿਉਂਕਿ ਸਾਰੇ ਵਿਸਰਾਮ ਜਿਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਸਿਰਫ ਇੱਕ ਵਿਸਰਾਮ ਚੰਨ ਦੀ ਵਰਤੋਂ ਕੀਤੀ ਜਾਂਦੀ ਸੀ ਉਹ ਸੀ ਸਾਡੇ ਕੋਲ ਡੰਡੀ ਆਨਸਰ ਆੜਾ ਸਾਡੇ ਕੋਲ ਡੰਡੀ ਜਿਹੜਾ ਚੰਨ ਉਹਦੀ ਵਰਤੋਂ ਕੀਤੀ ਜਾਂਦੀ ਸੀ ਪੰਜਾਬੀ ਵਿਚਲੇ ਵਿਸਰਾਮ ਚੰਨ ਨੂੰ ਮੁੱਖ ਰੂਪ ਦੇ ਵਿੱਚ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ ਸਾਣ ਨੇ ਉਹ ਅਸੀਂ ਮੁੱਖ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਜੀ ਸੋ ਆਨਸਰ ਸਾਡੇ ਕੋਲ ਆ ਗਿਆ ਜੀ ਊੜਾ ਦੋ ਭਾਗਾਂ ਦੇ ਵਿੱਚ ਵੰਡਦੇ ਹਾਂ ਕਹਿੰਦੇ ਵਿਸਰਾਮ ਚੰਨ ਦਾ ਪਹਿਲਾ ਭਾਗ ਕਿਸ ਨੂੰ ਅੰਕਿਤ ਕਰਦਾ ਹੈ ਠੀਕ ਹੈ ਪੰਜਾਬੀ ਉਚਾਰਨ ਦੇ ਗੁਣਾਂ ਨੂੰ ਅੰਕਿਤ ਕਰਦਾ ਸੋ ਆਨਸਰ ਆ ਗਿਆ ਸਾਡੇ ਕੋਲ ਆੜਾ ਕਿਹਨੇ ਪੰਜਾਬੀ ਉਚਾਰਨ ਦੇ ਗੁਣਾਂ ਨੂੰ ਅੰਕਿਤ ਕਰਨ ਵਾਲੇ ਵਿਰਾਮ ਚਿੰਨ ਦੀ ਚੋਣ ਕਰੋ ਠੀਕ ਹੈ ਚੋਣ ਕਰੋ ਉਹਦੇ ਵਿੱਚ ਇਹ ਸਾਰੇ ਜਿਹੜੇ ਵਿਰਾਮ ਚਿੰਨ ਨੇ ਚਾਹੇ ਖੜੀ ਡੰਡਾਗਾ ਪ੍ਰਸ਼ਨ ਚਿੰਨਾ ਵਿਸਮਿਕ ਚਿੰਨਾ ਕਾਮੇ ਬਿੰਦੀ ਕਾਮ ਇਹ ਸਾਰੇ ਕੀ ਨੇ ਇਹ ਬਾਗ ਦੇ ਉਚਾਰਨ ਨੂੰ ਸਹੀ ਕਰਦੇ ਨੇ ਸੋ ਇਹ ਸਾਰੇ ਕੀ ਨੇ ਆਨਸਰ ਸਾ ਊੜਾ ਉ ਜੀ ਸਾਡੇ ਕੋਲ ਆਨਸਰ ਸਾ ਦੂਸਰੀ ਭਾਸ਼ਾ ਵਿੱਚ ਲੈ ਵਿਸ਼ਰਾਮ ਚੰਨ ਦੀ ਚੋਣ ਕਰੋ ਜਿਹੜੀ ਦੂਜੀ ਭਾਸ਼ਾ ਤੋਂ ਲੈਣੀ ਅਸੀਂ ਨੇ ਜੀ ਬਿੰਦੀ ਡੈਸ਼ ਪੁੱਠੇ ਕੰਮ ਹੈ ਠੀਕ ਹੈ ਦੋ ਬਿੰਦੀ ਡੈਸ਼ ਜੋੜਨੇ ਬ੍ਰੈਕਟ ਇਹ ਸਾਰੀ ਲੈਣੀ ਜੇ ਆਪਾਂ ਨੇ ਸੋ ਆਨਸਰ ਏਡੀ ਆਉ ਸਾਡੇ ਕੋਲ ਆੜਾ ਤੇ ਊੜਾ ਦੋਵੇਂ ਅਗਲੇ ਡੰਡੀ ਵਿਸ਼ਰਾਮ ਚੰਨ ਦੀ ਵਰਤੋਂ ਕਿਸ ਲਈ ਹੁੰਦੀ ਹੈ ਪੂਰਨ ਠਹਿਰਾਓ ਦੇ ਲਈ ਹੁੰਦੀ ਹੈ ਜੀ ਆਨਸਰ ਆੜਾ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਕਿਸ ਲਈ ਹੁੰਦੀ ਹੈ ਪ੍ਰਸ਼ਨ ਪੁੱਛਣ ਦੇ ਲਈ ਪੁੱਛਗਿੱਛ ਦੇ ਲਈ ਸੋ ਆਨਸਰ ਅੜਾ ਜੇ ਜਬਾਤੀ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਬਾਕ ਅੰਸਾਂ ਪਿੱਛੋਂ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਵਿਸਮਿਕ ਚਿੰਨ੍ਹ ਦੀ ਵਰਤੋਂ ਹੁੰਦੀ ਹੈ ਇੱਕ ਡੰਡੀ ਤੇ ਬਿੰਦੀ ਵਾਲੇ ਦੀ ਜਿਹਦੇ ਵਿੱਚ ਇੱਕ ਡੰਡੀ ਇੱਕ ਡੰਡੀ ਤੇ ਬਿੰਦੀ ਲੱਗੀ ਹੁੰਦੀ ਹੈ ਪੈਰ 'ਚ ਤੇ ਉਹ ਚਿੰਨ੍ਹ ਦੀ ਆਨਸਰ ਸਾਡੇ ਕੋਲ ਅੜਾ ਹੈ ਥੋੜੇ ਜਿਹੇ ਠਾਰਾਉ ਲਈ ਕਿਹੜੇ ਵਿਸ਼ਰਾਮਚਨ ਦੀ ਵਾਰਤੋਂ ਕੀਤੀ ਜਾਂਦੀ ਹੈ ਕੰਮੇ ਦੀ ਜੀ ਜਿਹੜਾ ਆਪਾਂ ਕਹਿੰਨੇ ਕੰਮ ਉਹੀ ਉੱਪਰ ਲਾ ਜੀ ਬਿੰਦੀ ਇੱਕ ਬਿੰਦੀ ਨਾ ਹੁੰਦੇ ਪੈਰ ਚ ਕੰਮ ਆਉਣੇ ਉਹ ਵਾਲੇ ਨਹੀਂ ਕਹਿੰਦੇ ਹੇਠ ਲਿਖਿਆਂ ਵਿੱਚ ਸਹੀ ਬਾਗ ਚੋਂ ਉਹ ਵਿਦਿਆਰਥੀ ਜੋ ਬੜਾ ਮਿਹਨਤੀ ਸੀ ਪਰ ਪਾਸ ਹੋ ਗਿਆ ਇਹਦਾ ਠੀਕ ਆ ਉਹ ਵਿਦਿਆਰਥੀ ਜੋ ਬੜਾ ਮਿਹਨਤੀ ਸੀ ਪਾਸ ਹੋ ਗਿਆ ਉਹੋ ਵਿਦਿਆਰਥੀ ਜੋ ਇਹਦਾ ਗਲਤੀ ਹੈ ਕਿ ਉਹ ਡਬਲ ਕੋਮੇ ਲਾਇਆ ਪਏ ਨੇ ਇਹ ਕਿਸ ਦੀ ਗੱਲ ਥੋੜੀ ਦੱਸੇਗੀ ਉਹ ਵਿਦਿਆਰਥੀ ਜੋ ਬੜਾ ਮਿਹਨਤੀ ਸੀ ਪਾਸ ਹੋ ਗਏ ਇਹ ਵੀ ਗਲਤ ਆ ਸੋ ਆਨਸਰ ਆਪਣੇ ਕੋਲ ਆੜਾ ਜਾਂ ਊੜੇ ਦੇ ਵਿੱਚੋਂ ਆਉਂ ਜੀ ਆਨਸਰ ਊੜ ਆ ਗਿਆ ਆਪਣੇ ਕੋਲ ਊੜਾ ਠੀਕ ਹੈਗਾ ਠੀਕ ਹੈ ਜੀ ਨੰਦੀ ਤੋਂ ਘੱਟ ਅਤੇ ਕਾਮੇ ਤੋਂ ਵੱਧ ਠਹਿਰਾਉ ਦੇਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਗਿੰਦ ਕਰਦੇ ਆਪਾਂ ਦਿਨ ਉਹਦੀ ਵਰਤੋਂ ਕਰਦੇ ਬਿੰਦੀ ਡੈਸ਼ ਨਾਲ ਵਿਧੀ ਕਾਮੇ ਦੀ ਸੋ ਆਨਸਰ ਆੜਾ ਆਪਣੇ ਕੋਲ ਕਹਿੰਦੇ ਜਦੋਂ ਕਿਸੇ ਬਾਗ ਵਿੱਚ ਦੋ ਹੀ ਹਿੱਸੇ ਹੋਣ ਪਹਿਲਾ ਹਿੱਸਾ ਆਪਣੇ ਆਪ ਵਿੱਚ ਅਰਥਾਂ ਵੱਜੋਂ ਪੂਰਾ ਹੋਵੇ ਅਤੇ ਦੂਜਾ ਹਿੱਸਾ ਪਹਿਲੇ ਦੀ ਵਿਆਖਿਆ ਉੱਤੇ ਨਿਰਭਰ ਕਰਦਾ ਹੋਵੇ ਤਾਂ ਉਹ ਨਿਖੇੜ ਕੇ ਲਿਖਣਾ ਹੋਵੇ ਤਾਂ ਆਪਾਂ ਕਿਹਦੀ ਵਰਤੋਂ ਕਰਦੇ ਹਾਂ ਦੋ ਬਿੰਦੀਆਂ ਦੀ ਵਰਤੋਂ ਕਰਦੇ ਹਾਂ ਇਹ ਲਿਖਿਆਂ ਵਿੱਚੋਂ ਇਹ ਕੀ ਹੈ ਜੀ ਇਹ ਆਪਣੇ ਕੋਲ ਡੈਸ਼ ਆ ਜੇ ਜੋੜਨੀ ਹੈ ਠੀਕ ਹੈ ਦੋ ਉਦੋਂ ਹੁੰਦੇ ਨੇ ਜੇ ਜੋੜਨੀ ਹੋਊ ਜਾਂ ਡੈਸ਼ ਹੋ ਚੰਨ ਇਹ ਤੇ ਆਪ ਨੂੰ ਜੋੜ ਨਹੀਂ ਦੱਸੀਨੀ ਵੀ ਤੋ ਆਪਾਂ ਆਨਸਰ ਲਾਵਾਂਗੇ ਡੈਸ਼ ਠੀਕ ਆ ਸੋ ਆਨਸਰ ਆਪਣੇ ਕੋਲ ਊੜਾ ਆੜਾ ਊੜਾ ਆੜਾ ਦੋਨੋਂ ਹੀ ਨੇ ਸੋ ਆਨਸਰ ਆ ਊੜਾ ਲਾ ਤਾ ਚਲ ਊੜਾ ਆੜਾ ਵੀ ਹੋਈ ਆ ਡੈਸ਼ ਡੈਸ਼ ਹੀ ਪਾਇਆ ਨੇ ਪ੍ਰਿੰਟਿੰਗ ਦੇ ਵਿੱਚ ਸੀਤਾ ਮੈਂ ਨਾਲ ਜਾਵਾਂਗੀ ਇਸ ਭਾਗ ਵਿੱਚ ਕਿਹੜਾ ਵਿਰਾਮ ਚੰਨੇ ਦੀ ਵਰਤੋਂ ਡੈਸ਼ ਦੀ ਵਰਤੋਂ ਹੋ ਰਹੀ ਆ ਡੈਸ਼ ਲੱਗਿਆ ਦੇਖੋ ਠੀਕ ਆ ਐਂ ਤਾਂ ਡੈਸ਼ ਦੀ ਵੀ ਹੋਈ ਆ ਫੁੱਲ ਸਟਾਪ ਦੀ ਵੀ ਹੋਈ ਆ ਵਰਤੋਂ ਆ ਤੇ ਫੁੱਲ ਸਟਾਪ ਦੀ ਵਰਤੋਂ ਵੀ ਹੋਈ ਪੂਰਨ ਵਿਰਾਮ ਦੀ ਤਦ ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ ਤਾਂ ਆਪਾਂ ਕੀ ਲ ਵਰਤਦੇ ਹਾਂ ਕਿਹੜੀ ਚੀਜ਼ ਦੀ ਵਰਤੋਂ ਕਰਦੇ ਹਾਂ ਉਸ ਸਮੇਂ ਆਪਾਂ ਵਰਤੋਂ ਕਰਦੇ ਹਾਂ ਜੀ ਇਹ ਆਪਾਂ ਉਸ ਸਮੇਂ ਦੋ ਬਿੰਦੀ ਦੀ ਵਰਤੋਂ ਕਰਦੇ ਹਾਂ ਅਗਲਾ ਸਵਾਲ ਸਾਡੇ ਕੋਲ ਜਿਹੜੇ ਚਿੰਨਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਣ ਉਸ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਦੋ ਬਿੰਦੀ ਜਾਂ ਜੋੜਨੀ ਡੈਸ਼ ਜਾਂ ਦੋ ਭਾਦੀ ਉਹਨਾਂ ਨੂੰ ਜੋੜਨੀ ਕਹਿੰਦੇ ਹਨ ਕਿਉਂਕਿ ਦੋ ਸ਼ਬਦਾਂ ਨੂੰ ਜੋੜਦੇ ਨੇ ਉਹ ਕਿਹੜਾ ਵਿਸਰਾਮ ਚਿੰਨ ਕਿਸੇ ਸ਼ਬਦਾਂ ਦੇ ਭੇ ਦੇ ਵੱਖ-ਵੱਖ ਹਿੱਸੇ ਨੂੰ ਕਰਮਬਾਰ ਵਿੱਚ ਦਰਸਾਉਂਦਾ ਹੈ ਠੀਕ ਆ ਅਨਸਰ ਬ੍ਰੈਕਟ ਕਿਉਂਕਿ ਉਹਦੇ ਅਰਥ ਜ਼ਾਦਾ ਜੀ ਬ੍ਰੈਕਟ ਦੇ ਵਿੱਚ ਪੰਜਾਬੀ ਵਿੱਚ ਅੰਕਾਂ ਅੱਗੇ ਡਿਗਰੀਆਂ ਅੱਗੇ ਲਾਉਣ ਵਾਲ ਨੂੰ ਕੀ ਕਹਿੰਦੇ ਆਪਾਂ ਬਿੰਦੀ ਠੀਕ ਆ ਬਿੰਦੀ ਲਾਉਣੀ ਹੈ ਜਦੋਂ ਕਿਸੇ ਸ਼ਬਦ ਦਾ ਕੋਈ ਕੋਈ ਅੱਖਰ ਛੱਡ ਦਿੱਤਾ ਜਾਵੇ ਉਸ ਨੂੰ ਠੀਕ ਕਰਨ ਲਈ ਕਿਹੜੇ ਚੀਜ਼ ਦੀ ਵਰਤੋਂ ਕਰਦੇ ਆਪਾਂ ਉੱਪਰ ਛੋਟੇ ਛੁੱਟ ਮਰੋੜੀ ਦੀ ਆਨਸਰ ਈ ੜੀ ਏੜੇ ਲੇਖਾਂ ਵਿੱਚੋਂ ਸਹੀ ਬਾਗ ਦੀ ਚੋਣ ਕਰੋ ਪਤਾ ਨਹੀਂ ਸਾਇ ਕੋਈ ਕੰਟਾ ਖੂ ਹੋਇਆ ਕਿੱਥੇ ਗਏ ਨੇ ਪਤਾ ਨਹੀਂ ਸਾਇ ਹੰਡਾ ਖੂ ਹੈ ਕਿੱਥੇ ਪਤਾ ਨਹੀਂ ਸਾਇ ਕੋਈ ਕੰਟਾ ਖੂ ਹੋਇਆ ਕਿੱਥੇ ਬਰ ਕੋਤ ਕੋਈ ਨਹੀਂ ਆਨਸਰ ਸਾਡੇ ਕੋਲ ਆ ਗਿਆ ਜੀ ਊੜਾ ਊੜਾ ਸਹੀ ਹੈ ਆਪਣੇ ਕੋਲ ਸੋ ਸਸਾ ਦਾ ਈੜੀ ਤੇ ਗਲਤੀ ਹੈ ਤੇ ਉਹ ਵੀ ਗਲਤ ਹੈ ਸੋ ਅਨਸਰ ਆ ਗਿਆ ਸਾਡੇ ਕੋਲ ਊੜਾ ਜੇਕਰ ਬਾਗ ਵਿੱਚ ਸਹੀ ਵਿਸ਼ਰਾਮ ਚਿੰਨ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕੀ ਹੋ ਜਾਂਦਾ ਉਹਦੇ ਅਰਥ ਨੇ ਜਿਹੜੇ ਸਪਸ਼ਟ ਨਹੀਂ ਹੁੰਦੇ ਅਨਸਰ ਆੜਾ ਕਹਿੰਦੇ ਹੈਰਾਨੀ ਖੁਸ਼ੀ ਸਤਿਕਾਰ ਆਦੀ ਭਾਵਨ ਨੂੰ ਪ੍ਰਗਟ ਕਰਨ ਲਈ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਆਪਾਂ ਉਹ ਵਿਸ਼ਰਾਮ ਚਿੰਨ ਦੀ ਵਰਤੋਂ ਕਰਦੇ ਹਾਂ ਜੀ ਸਸੇ ਵੀ ਕਿਹੜੀ ਰਚਨਾ ਵਿੱਚ ਤੁਰਕ ਪਿੱਛੋਂ ਦੋ ਡੰਡੀਆਂ ਦੀ ਪੂਰਨ ਵਿਸ਼ਰਾਮ ਚਿੰਨ੍ਹ ਵਰਦੀ ਹੈ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਡਬਲ ਰੁਕਾਵ ਲਾਉਣਾ ਹੈ 8 ਲਿਖੇ ਕਿਹੜੇ ਬਾਗ ਵਿੱਚ ਤਿੰਨ ਵਿਅਕਤੀਆਂ ਦੇ ਫੋਨ ਦਾ ਬੋਧ ਵਿਸ਼ਰਾਮ ਚਿੰਨ੍ਹ ਦੁਆਰਾ ਹੋ ਰਿਹਾ ਹੈ ਇਹ ਸਾਡੇ ਕੋਲ ਆ ਗਿਆ ਜੀ ਨਿਰੰਜਨ ਸਿੰਘ ਜੀ ਅਨਸਰ ਸਾਡੇ ਕੋਲ ਸਸਾ ਆ ਗਿਆ ਨਿਰੰਜਨ ਸਿੰਘ ਸਿੱਧੂ ਅਦੇ ਸ਼ੇਰ ਗਿੱਲ ਜਲੰਧਰ ਗਏ ਕਿਸ ਪ੍ਰਸ਼ਨ ਬਾਚਕ ਬਾਗ ਦੇ ਅੰਤ ਵਿੱਚ ਪ੍ਰਸ਼ਨ ਚਿੰਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਗਿਆਵਾਚਕ ਪ੍ਰਸ਼ਨ ਨੇ ਜਦੋਂ ਅਸੀਂ ਅਗਿਆ ਲੈਣੀ ਹੋਵੇ ਕਿਸ ਤੋਂ ਉਹ ਦਸੀਂ ਪ੍ਰਸ਼ਨ ਦੀ ਚਿੰਨ ਦੀ ਵਰਤੋਂ ਨਹੀਂ ਕਰਦੇ ਆਨਸਰ ਈ ਡੀ ਇਹ ਲਿਖੇ ਬਾਕਾਂ ਵਿੱਚੋਂ ਕਿਹੜੇ ਬਾਗ ਅਗਿਆਵਾਚਕ ਬਾਗ ਹਨ ਜਿਵੇਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ ਪ੍ਰਸ਼ਨ ਆ ਗਿਆ ਤੁਸੀਂ ਭਾਰਤ ਦੇ ਕਿਹੜੇ ਰਾਜ ਵਿੱਚ ਬੋਲੋਗੇ ਰਹੋਗੇ ਇਹ ਵੀ ਆ ਗਿਆ ਕਿ ਤੁਸੀਂ ਭਾਰਤ ਦੇ ਵੱਡੇ ਰਾਜ ਬਾਰੇ ਜਾਣਦੇ ਇਹ ਵੀ ਪ੍ਰਸ਼ਨ ਆ ਗਿਆ ਉਹ ਤੋਂ ਪਹਿਲਾਂ ਊੜਾ ਅੜਾ ਏੜੀ ਸਾਰੇ ਪ੍ਰਸ਼ਨ ਆ ਗਏ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਮ ਦੱਸੋ ਸੋ ਇਹ ਵੀ ਆ ਗਿਆ ਇਹ ਵੀ ਸਾਰੇ ਬਸ ਤਾਂ ਮੋਸਟਲੀ ਸਾਰੇ ਪ੍ਰਸ਼ਨ ਵਾਲੇ ਨੇ ਆ ਗਿਆ ਹੁੰਦੇ ਕੀ ਮੈਂ ਜਾ ਸਕਦਾ ਠੀਕ ਹੈ ਉਹ ਸਾਰੇ ਕਿਨੇ ਆ ਗਏ ਸੋ ਸ ਸ ਲਾ ਦਾਂਗੇ ਜੀ ਆਪਾਂ ਸੋ ਸ ਲੱਗਦਾ ਆਪ ਨੂੰ 8 ਲਿਖੇ ਦੇ 8 ਲਿਖੇ ਦਿੱਤੇ ਚੰਨਾ ਵਿੱਚੋਂ ਵਿਸਮਿਕ ਚੰਨਾ ਇਹ ਆ ਗਈ ਸਾਡੇ ਕੋਲ ਈਡੀ ਚੰਨ ਦੀ ਪਛਾਣ ਕਰਨੀ ਸੀ ਔਖਾ ਨਹੀਂ ਤੇ ਕੋਈ ਜਿਸ ਬਾਗ ਦੇ ਅੰਤ ਵਿੱਚ ਵਿਸਮਿਕ ਚੰਨ ਲੱਗਦਾ ਹੋਵੇ ਉੱਥੇ ਹੋਰ ਕੀ ਲੱਗ ਲੱਗਦਾ ਹੈ ਜਾਂ ਨਹੀਂ ਲੱਗਦਾ ਕੀ ਨਹੀਂ ਲੱਗਦਾ ਉੱਥੇ ਉੱਥੇ ਕਾਮੇ ਦੀ ਵਰਤੋਂ ਹੋ ਸਕਦੀ ਹੈ ਉੱਥੇ ਕਾਮਾ ਨਹੀਂ ਲਾਉਂਦੇ ਆਪਾਂ ਜੀ ਉਹਦੀ ਵਰਤੋਂ ਕਰ ਸਕਦੇ ਆਪਾਂ 8 ਲਿਖੇ ਕਿਹੜੇ ਵਾਕਾਂ ਵਿੱਚ ਤੀਬਰ ਭਾਵ ਨੂੰ ਇੱਕਦਮ ਪ੍ਰਗਟ ਕਰਨ ਲਈ ਤਿੰਨ ਵਿਸ਼ਰਮਿਕ ਚਿੰਨਾਂ ਦੀ ਵਰਤੋਂ ਹੋਈ ਹੈ ਇਹਦੇ ਵਿੱਚ ਆਪਾਂ ਆਜਾ ਪਹਿਲਾ ਠੀਕ ਹੈ ਦੂਜਾ ਗਲਤ ਹੈ ਚੌਥਾ ਗਲਤ ਹੈ ਪਹਿਲਾ ਦੂਜਾ ਹਾਂ ਈੜੀ ਠੀਕ ਹੈ ਛੇੜੇ ਕੋਲ ਈੜੀ ਆਂਸਰ ਆਊਗਾ ਇਹ ਹੈ ਹੈ ਟਾਬਲ ਵਰਕ ਆਇਆ ਹਾਲਾਂਕਿ ਪਹਿਲੇ ਵਿੱਚ ਹੈ ਹੈ ਡਾਉਲਰ ਕਾਉਲ ਨਹੀਂ ਆ ਪਰ ਦੋ ਬਿਸ਼ਮਿਕ ਕਿੰਨੀ ਵਾਰ ਤੋਂ ਗਾ। ਬਾਗ ਵਿੱਚ ਜਿੱਥੇ ਜੋਜਕ ਲੁਪਤ ਹੋ ਜਾਂਦਾ ਉੱਥੇ ਸੀ ਕੀ ਵਰਤਦਾ ਉੱਥੇ ਸੀ ਜੋੜਨੀ ਕਾਮਾ ਬਿੰਦੀ ਪਰਸੰਚਨ ਉੱਥੇ ਆਪਾਂ ਕੀ ਕਹਿੰਨੇ ਉੱਥੇ ਅਸੀਂ ਕਹਿਣਾ ਜੀ ਕਾਮੇ ਦੀ ਵਰਤੋਂ ਕਰਦੇ ਹਾਂ। ਮਾਸਟਰ ਜੀ ਡੈਸ਼ 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 ਅੱਜ ਤੁਸੀਂ ਛੁੱਟੀ ਦਾ ਕੰਮ ਵੇਖਣਾ ਹੈ। ਇਸ ਵਾਕ ਵਿੱਚ ਬਾਗ ਵਿੱਚ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਹੈ? ਕਾਮੇ ਦੀ ਵਰਤੋਂ ਕੀਤੀ ਹੈ ਡੈਸ਼ ਦੀ। ਜੇਕਰ ਕਿਸੇ ਬਾਗ ਵਿੱਚ ਕਿਸੇ ਪੁਸਤਕ ਦਾ ਨਾਮ ਲਿਖਣਾ ਹੋਵੇ ਤਾਂ ਉਥੇ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਉਥੇ ਅਸੀਂ ਇਹ ਕਹਰੇ ਪੂਠੇ ਗੋਮੇ ਦੀ ਵਰਤੋਂ ਕਰਦੇ ਹਾਂ ਆਨਸਰ ਊੜਾ ਇਹ ਲਿਖੇ ਕਿਹੜੀ ਡਿਗਰੀ ਨਾਲ ਦੇ ਨਾਲ ਲੱਗਣ ਵਾਲੇ ਬਿੰਦੀ ਦੀ ਸਹੀ ਵਰਤੋਂ ਕੀਤੀ ਗਈ ਹੈ ਇਹਦੇ ਵਿੱਚ ਐਮ ਐਲ ਏ ਬੀ ਉਪਰੋਕਤ ਸਾਰੇ ਉਪਰੋਕਤ ਸਾਰਿਆਂ ਨਾਲ ਆਨਸਰ ਸਸਾ ਪੂਰਨ ਵਿਸ਼ਰਾਮ ਤੋਂ ਅੱਧੇ ਠਹਿਰਾਓ ਅਤੇ ਅਰਧ ਵਿਸ਼ਰਾਮ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਕਮਾ ਅਨਸਰ ਆੜਾ ਇਹ ਲਿਖੇ ਬਾਗਾਂ ਵਿੱਚ ਕਿਸ ਬਾਗ ਦੇ ਵਿੱਚ ਬਿੰਦੀ ਕਮਾ ਦੀ ਸਹੀ ਵਰਤੋਂ ਕੀਤੀ ਗਈ ਹੈ ਇਹਦੇ ਵਿੱਚ ਅਨਸਰ ਸਸਾ ਸਹੀ ਵਰਤੋਂ ਸਸੇ ਵਿੱਚ ਕੀਤੀ ਗਈ ਹੈ ਜੇਕਰ ਇੱਕ ਸ਼ਬਦ ਨੂੰ ਬਾਗ ਵਿੱਚ ਦੁਹਰਾਉਣਾ ਹੋਵੇ ਤਾਂ ਉੱਥੇ ਕਿਹੜਾ ਚਿੰਨ ਵਰਤਿਆ ਜਾਂਦਾ ਉੱਥੇ ਜੋੜ ਨਹੀਂ ਵਰਤੀ ਜਾਂਦੀ ਜੀ ਆਨਸਰ ਈ ਡੇ ਅਜਿਹਾ ਕਿਹੜਾ ਵਿਰਾਮ ਚਿੰਨ ਹੈ ਜੋ ਆਕਾਰ ਅਤੇ ਮੰਤਰ ਬੋਖੋ ਕਾਮੇ ਵਰਗਾ ਹੈ ਉਹ ਕਿਹੜਾ ਹੈ ਸਾਡੇ ਕੋਲ ਛਟਮ ਰੋੜੀ ਵਰਗਾ ਪਰ ਇਹ ਉੱਪਰ ਲੱਗਿਆ ਹੁੰਦਾਗਾ ਆਨਸਰ ਅੱਛਾ ਇਹ ਸਾਰੇ ਹਾਂ ਇਹ ਸਾਰੇ ਕੁੰਮੀ ਨੇ ਜੀ ਉਪਰੋਖਤ ਸਾਰੇ ਆਨਸਰ ਸੱਸਾ ਹੋ ਸਾਡੇ ਕੋਲ ਇਹ ਸਾਰੇ ਕੁੰਮੀ ਹੀ ਹੁੰਦੇ ਨੇ ਅਰੇ ਡਬਲ ਕੁੰਮੀ ਨੇ ਪਾਇ ਉਹ ਵੀ ਡਬਲ ਕੁੰਮੀ ਵੀ ਚਾ ਸਕਦੇ ਨੇ ਕਨੇ ਪੰਜਾਬੀ ਵਿੱਚ ਸਹਾਦਾਰਨ ਬਾਕ ਦੇ ਖਤਮ ਹੋਣ ਕਿਸ ਵਿਸਰਾਮ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਡੰਡੀ ਦੀ ਵਰਤੋਂ ਕਰਦੇ ਹਾਂ ਫੁੱਲ ਸਟਾਪ ਦੀ ਆਨਸਰ ਊੜਾ ਕਿਸੇ ਦੇ ਕਹੇ ਸ਼ਬਦਾਂ ਨੂੰ ਜਦੋਂ ਉਸੇ ਤਰ੍ਹਾਂ ਲਿਖਣਾ ਹੋਵੇ ਤਾਂ ਆਪਾਂ ਦੋ ਪੁੱਠੇ ਡੰਡੇ ਜਿਹੜੇ ਦੋ ਉੱਪਰ ਡੰਡੇ ਲਾਉਣਾ ਹੈ ਨਾ ਉਹ ਆਨਸਰ ਸਸਾ ਜਦੋਂ ਕਿਸੇ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਿਆ ਹੋਵੇ ਤਾਂ ਉਹਦੇ ਆਸਪਾਸ ਬ੍ਰੈਕਟ ਤਾਂ ਆਨਸਰ ਆੜਾ ਹੋਊ ਜੀ ਆਨਸਰ ਆੜਾ ਹੋਊਗਾ ਬ੍ਰੈਕਟ ਦੀ ਵਰਤੋਂ ਕਰਦੇ ਹਾਂ ਉਦਾਹਰਣ ਦੇਣ ਲਈ ਸਮੇਂ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਦੋ ਬਿੰਦੀ ਡੈਸ਼ ਦੀ ਠੀਕ ਹੈ ਆਨਸਰ ਈਡੀ ਜਿਸ ਬਾਗ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਉਸ ਨੂੰ ਪ੍ਰਸ਼ਨ ਚਿੰਨ੍ਹ ਲੱਗਦਾ ਜੀ ਆਨਸਰ ਈਡੀ ਬਾਗ ਨੂੰ ਪੜ੍ਹਨ ਵੇਲੇ ਕਿਸੇ ਥਾਂ ਥੋੜਾ ਰੁਕਣਾ ਹੋਵੇ ਤਾਂ ਅਸੀਂ ਇਹਨਾਂ ਕਾਮੇ ਦੀ ਵਰਤੋਂ ਕਰਦੇ ਹਾਂ ਆਨਸਰ ਆੜਾ ਜਦੋਂ ਬਾਗ ਵਿੱਚ ਕਾਮੇ ਨਾਲੋਂ ਵੱਧ ਠਹਿਰਾਅ ਹੋਵੇ ਤਾਂ ਆਪਾਂ ਇਹਨਾਂ ਬਿੰਦੀ ਕਾਮੇ ਦੀ ਵਰਤੋਂ ਕਰਦੇ ਹਾਂ ਆਨਸਰ ਈਡੀ ਜਦੋਂ ਕੋਈ ਅੱਖਰ ਲਿਖਦੇ ਸਮੇਂ ਬਾਗ ਵਿੱਚ ਸ਼ਬਦ ਪੂਰਾ ਨਾ ਹੁੰਦਾ ਹੋਵੇ ਤਾਂ ਤੋੜ ਕੇ ਦੂਜੇ ਬਾਗ ਵਿੱਚ ਲਿਖਣੀ ਆਪਾਂ ਕੀ ਕਰਦੇ ਜੋੜਨੀ ਦੀ ਵਰਤੋਂ ਕਰਦੇ ਆਨਸਰ ਸਾ ਕਿਹੜਾ ਵਿਸਰਾਮ ਚਿੰਨ ਕਿਸੇ ਸ਼ਬਦਾਂ ਦੇ ਛੱਡੇ ਹੋਏ ਅਖਰਾਂ ਨੂੰ ਲਿਖਦਾ ਛਟਮਰੂੜੀ ਸੋ ਆਨਸਰ ਆੜਾ ਜੀ ਕਿਨੇ ਪੰਜਾਬੀ ਬਾਗ ਪੰਜਾਬੀ ਵਿੱਚ ਬਾਗ ਦੇ ਖਤਮ ਹੋਣ ਤੇ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਆਪਾਂ ਡੰਡੀ ਦੀ ਬਰਤੋਂ ਕਰਦੇ ਆਂ ਅਨਸਰ ਊੜਾ ਕਿਸੇ ਦੇ ਕਹੇ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਣ ਲਈ ਆਪਾਂ ਕੀ ਕਰਦੇ ਆਂ ਆਪਾਂ ਜਿਹੜੇ ਪੁੱਠੇ ਕੰਮ ਨੇ ਦੋ ਕੰਮਿਆਂ ਦੀ ਵਰਤੋਂ ਕਰਦੇ ਆਂ ਡਬਲ ਕੰਮੇ ਸ਼ਬਦਾਂ ਦੇ ਸੰਖੇਪ ਰੂਪ ਵਿੱਚ ਲਿਖਣ ਲਈ ਆਪਾਂ ਕੀ ਹੁੰਦੇ ਬਰੈਕਟ ਦੀ ਵਰਤੋਂ ਕਰਦੇ ਆਂ ਸੰਖੇਪ ਰੂਪ ਕਿਸ ਬਿੰਦੀ ਦੀ ਅਸੇ ਛੋਟੇ ਰੂਪ ਸੋ ਅਨਸਰ ਏ ਡੀ ਜੇ ਆਪ ਉਹਦਾ ਸਪਸ਼ਟ ਅਰਥ ਦੱਸਣੇ ਤਾਂ ਅਨਸਰ ਊੜਾ ਜਦੋਂ ਕਿਸੇ ਸ਼ਬਦ ਨੂੰ ਸੰਖੇਪ ਵਿੱਚ ਲਿਖਿਆ ਜਾਵੇ ਤਾਂ ਉੱਥੇ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਉੱਥੇ ਅਸੀਂ ਵਰਤੋਂ ਕਰਦੇ ਹਾਂ ਜੀ ਦੋ ਬਿੰਦੀਆਂ ਦੀ ਉਦਾਹਰਣ ਦੇਣ ਲਈ ਕਿਸ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਉਦਾਹਰਣ ਦੇਣ ਲਈ ਅਸੀਂ ਦੋ ਬਿੰਦੀ ਡੈਸ਼ ਦੀ ਵਰਤੋਂ ਕਰਦੇ ਹਾਂ ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ ਅੰਕਾਂ ਨੂੰ ਕਿਸ ਚਿੰਨ੍ਹ ਵਿੱਚ ਲਿਖਿਆ ਜਾਂਦਾ ਹੈ ਬ੍ਰੈਕਟਾਂ ਦੇ ਵਿੱਚ ਜਿਸ ਬਾਗ ਵਿੱਚ ਕੋਈ ਪ੍ਰਸ਼ਨ ਪੁੱਛਿਆ ਹੋਵੇ ਪ੍ਰਸ਼ਨਿਕ ਚਿੰਨ ਅਨਸਰ ਈਡੀ ਹੈਰਾਨੀ ਪੁੱਛਣਾ ਸਤਿਕਾਰ ਆਦਿ ਨੂੰ ਪ੍ਰਗਟ ਕਰਨ ਲਈ ਅਸੀਂ ਕੀ ਲਾਉਣੇ ਆਗੇ ਅਸੀਂ ਲਾਉਣਾ ਹੈ ਜੀ ਵਿਸਮਿਕ ਚਿੰਨ ਲਾਉਣੇ ਆ ਕਹਿੰਦੇ ਬਾਗ ਨੂੰ ਪਾੜਨਾ ਬਾਲੇ ਕਈ ਥਾਂ ਰੋਕਣਾ ਪੈਂਦਾ ਹੈ ਅਜੇ ਥਾਂ ਤੇ ਕਿਸ ਦੀ ਵਰਤੋਂ ਹੁੰਦੀ ਹੈ ਅਜੇ ਹੀ ਥਾਂ ਤੇ ਅਸੀਂ ਜਿਹੜੇ ਆ ਜੀ ਉੱਥੇ ਕਾਮਿਆਂ ਦੀ ਵਰਤੋਂ ਕਰਦੇ ਆ ਜਦੋਂ ਬਾਗ ਵਿੱਚ ਕੰਮੇ ਨਾਲੋਂ ਵੱਧ ਠਹਿਰਾਉਣਾ ਹੋਵੇ ਤਾਂ ਅਸੀਂ ਉੱਥੇ ਵਿਸਮਿਕ ਜਿਹੜਾ ਆਪਣਾ ਦੋ ਬਿੰਦੀ ਦੇ ਨਾਲ ਕੋਮਾ ਹੁੰਦਾ ਹਨਾ ਉਹਦੀ ਵਰਤੋਂ ਕਰਦੇ ਆ ਬਿੰਦੀ ਕੰਮ ਦੀ ਵਰਤੋਂ ਕਰਦੇ ਜਦੋਂ ਕੋਈ ਅੱਖਰ ਲਿਖਦੇ ਸਮੇ 70 ਦੇ ਆਖਰੀ ਵਿੱਚ ਸ਼ਬਦ ਪੂਰਾ ਨਾ ਉਹਦਾ ਹੋਵੇ ਤਾਂ ਆਪਾਂ ਨੂੰ ਜੋੜ ਤੋੜ ਕੇ ਲਿਖਣਾ ਹੋਵੇ ਤਾਂ ਆਪਾਂ ਅੰਸਰ ਸਸਾ ਜੋੜਨੀ ਵਰਤੋਂ ਕਰਦੇ ਆ ਕਿਹੜਾ ਚਿੰਨ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਨੂੰ ਪ੍ਰਯੋਗ ਕੀਤਾ ਜਾਂਦਾ ਹੈ ਆਪਾਂ ਉਹਨੂੰ ਪੂਰਾ ਕਰਨ ਲਈ ਆੜਾ ਛੁੱਟ ਮਰੂੜ ਦੀ ਵਰਤੋਂ ਕਰਦੇ ਆ ਵਿਸ਼ਮਿਕ ਚਿੰਨ ਕਿੰਨੇ ਹੁੰਦੇ ਨੇ ਇਹ ਤਾਂ ਕਈ ਹੁੰਦੇ ਨੇ ਜੀ ਕਈ 13 ਮੰਨਦੇ ਨੇ ਕੋਈ 9 ਕੋਈ 8 ਹਨਾ ਸੋ ਇਹ ਕਿੰਨੇ ਵੀ ਹੋ ਸਕਦੇ ਨੇ ਤੇ ਆਪਾਂ 9 ਤੇ ਲਾ ਦਾਂਗੇ ਵੱਧੋ ਵੱਧ ਜਿੰਨੇ ਹੋਣਗੇ ਆਪਾਂ 9 ਲਾ ਦਾਂਗੇ ਮੋਸਟਲੀ 13 ਮੰਨੇ ਜਾਂਦੇ ਨੇ ਸੋ ਇਹ ਸਾਡੇ ਵੀਡੀਓ ਜੀ ਇਸੇ ਤਰ੍ਹਾਂ ਦਾ ਹੋਰ ਗਿਆਨ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਇਹ ਚੈਨਲ ਨੂੰ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ